ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਦੋ ਦਿਨ ਵੀਡੀਓ ਨਹੀਂ ਕੋਈ ਵੀ ਪਾ ਸਕੀ, ਪਲੀਜ਼ ਸੋਰੀ। ਅੱਛਾ, ਮੈਂ ਤੁਹਾਨੂੰ ਅੱਜ ਦੱਸਾਂਗੀ ਕਿ ਇਹ ਜਿਹੜੀ ਕਟਾਮਾ ਵਾਲੀ ਸ਼ਰਟ ਹੁੰਦੀ ਆ, ਇਹਦੇ 'ਤੇ ਲਾਈਨਿੰਗ ਲਗਾਉਣੀ ਥੋੜ੍ਹੀ ਜਿਹੀ ਮੁਸ਼ਕਲ ਹੁੰਦੀ ਆ। ਸੋ ਮੈਂ ਤੁਹਾਨੂੰ ਅੱਜ ਦੱਸਾਂਗੀ ਕਿ ਇਹਦੇ ਉੱਪਰ ਲਾਈਨਿੰਗ ਕਿੱਦਾਂ ਲਗਾਉਣੀ ਆ। ਆ ਦੇਖੋ ਦੋਸਤੋ, ਆਪਾਂ ਆਹ ਲਾਈਨਿੰਗ ਲੈ ਲਈ ਆ। ਲਾਈਨਿੰਗ ਦਾ ਮੈਂ ਥੱਲਿਓਂ ਘੇਰੇ ਨੂੰ ਫੋਲਡ ਕਰ ਲਿਆ, ਫੋਲਡ ਕਰਕੇ ਘੇਰੇ ਨੂੰ, ਔਰ ਆਹ ਦੇਖੋ ਅਗਲੇ ਪੱਲੇ ਦਾ ਪੀਸ ਮੈਂ ਲਾਈਨਿੰਗ ਦਾ ਵੀ ਅਗਲੇ ਪੱਲੇ ਦਾ ਲੈ ਲਿਆ, ਇਹਨੂੰ ਮੈਂ ਡਬਲ ਫੋਲਡ ਕਰ ਲਿਆ, ਔਰ ਮੈਂ ਥੱਲੇ ਘੇਰੇ ਤੋਂ ਪਹਿਲਾਂ ਹੀ ਸਿਲਾਈ ਲਗਾ ਚੁੱਕੀ ਹਾਂ। ਔਰ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਇਹਦੇ ਉੱਪਰ ਆਪਾਂ ਸ਼ਰਟ ਨੂੰ ਕਿਸ ਤਰ੍ਹਾਂ ਵਿਛਾਉਣਾ ਆ। ਆਹ ਦੇਖੋ, ਬਹੁਤ ਹੀ ਆਸਾਨ ਤਰੀਕੇ ਨਾਲ ਦੋਸਤ ਇਹ ਆਪਾਂ ਲਾਈਨਿੰਗ ਨੂੰ ਅਟੈਚ ਕਰ ਸਕਦੇ ਹਾਂ ਨੀਚੇ ਵਾਲੀ ਸਾਈਡ ਇਹਦੀ। ਆ ਦੇਖੋ ਦੋਸਤੋ, ਮੈਂ ਕੱਪੜਾ ਸੈੱਟ ਕਰ ਲਿਆ ਲਾਈਨਿੰਗ ਦੇ ਉੱਪਰ। ਆ ਦੇਖੋ, ਠੀਕ ਹੈ। ਔਰ ਹਾਂ, ਇੱਕ ਹੋਰ ਚੀਜ਼ ਦਾ ਧਿਆਨ ਦਿਓ ਕਿ ਜਦੋਂ ਆਪਾਂ ਲਾਈਨਿੰਗ ਨੂੰ ਨਾਲ ਰੱਖਣਾ, ਆਪਾਂ ਆਹ ਚੀਜ਼ ਦਾ ਧਿਆਨ ਦੇਣਾ ਕਿ ਇੱਕ ਦੋ ਪੁਆਇੰਟ ਆਪਾਂ ਲਾਈਨਿੰਗ ਨੂੰ ਫਾਲਤੂ ਰੱਖਣਾ, ਦੇਖੋ, ਤਾਂ ਕਿ ਆਪਣੀ ਲਾਈਨਿੰਗ ਦੇ ਵਿੱਚ ਖਿੱਚ ਨਾ ਪੈ ਸਕੇ ਅੰਦਰਲੀ ਸਾਈਡ। ਕਈ ਵਾਰੀ ਫਿਰ ਘੇਰਾ ਮੁੜਨ ਲੱਗ ਜਾਂਦਾ ਆ। ਇੰਨੀ ਕੁ ਦੋ ਕੁ ਪੁਆਇੰਟ ਲਾਈਨਿੰਗ ਆਪਾਂ ਫਾਲਤੂ ਰੱਖਣੀ ਆ, ਠੀਕ ਹੈ। ਔਰ ਹੁਣ ਮੈਂ ਆਹ ਜਿਹੜੀ ਜਗ੍ਹਾ ਆ, ਚਾਕਾਂ ਵਾਲੀ ਜਿਹੜੀ ਜਗ੍ਹਾ ਆ, ਇੱਥੋਂ ਮੈਂ ਤੁਹਾਨੂੰ ਦੱਸਾਂਗੀ ਅੱਧਾ ਅੱਧਾ ਇੰਚ ਫਾਲਤੂ ਕੱਪੜਾ ਲੈ ਕੇ ਮੈਂ ਇਹਦੀ ਕਟਿੰਗ ਕਰਾਵਾਂਗੀ ਹੁਣ। ਆ ਦੇਖੋ ਦੋਸਤੋ, ਇੱਥੋਂ ਮੈਂ ਅੱਧਾ ਇੰਚ ਕੱਪੜਾ ਫਾਲਤੂ ਲਵਾਂਗੀ। ਆ ਦੇਖੋ ਦੋਸਤੋ, ਮੈਂ ਅੱਧਾ ਅੱਧਾ ਇੰਚ ਕੱਪੜਾ ਫਾਲਤੂ ਲੈ ਲਿਆ, ਹੁਣ ਇਹਦੀ ਮੈਂ ਕਟਿੰਗ ਕਰ ਦਾਂਗੀ। ਬਾਕੀ ਫਾਲਤੂ ਕੱਪੜਾ ਮੈਂ ਸਾਰਾ ਉਤਾਰ ਦਾਂਗੀ। ਆ ਦੇਖੋ, ਠੀਕ ਹੈ। ਔਰ ਇਸ ਤੋਂ ਬਾਅਦ ਆ ਦੇਖੋ ਦੋਸਤੋ, ਜਿਹੜੇ ਆਪਣੇ ਆ ਕਟਾਮ ਆ ਜਿਹੜਾ, ਆਪਾਂ ਇਸ ਚੀਜ਼ ਨੂੰ ਦੇਖਣਾ ਵੀ ਇਹ ਕਟਾਮ ਆਪਣਾ ਇੱਥੇ ਤੱਕ ਆ ਰਿਹਾ, ਠੀਕ ਹੈ, ਇੱਥੇ ਤੱਕ। ਔਰ ਅੰਦਰਲੀ ਸਾਈਡ ਜਿਹੜੀ ਆਪਣੀ ਲਾਈਨਿੰਗ ਦੀ ਹੈ, ਆਹ ਦੇਖੋ, ਆਹ ਅੰਦਰਲੀ ਸਾਈਡ ਜਿਹੜੀ ਲਾਈਨਿੰਗ ਦੀ ਹੈ, ਇਹਦੀ ਆਪਾਂ ਇੱਥੇ ਤੱਕ ਆਪਾਂ ਕੱਟ ਮਾਰਨਾ ਇਹਨੂੰ। ਆਹ ਦੇਖੋ, ਇਸ ਤਰ੍ਹਾਂ ਨਿਸ਼ਾਨੀ ਲਗਾ ਕੇ ਜਿਹੜੇ ਚਾਕ ਆਪਾਂ ਕੱਟੇ ਆ ਫਾਲਤੂ ਅੱਧਾ ਅੱਧਾ ਇੰਚ, ਉਹਦਾ ਕੱਟ ਆਪਾਂ ਇਹ 1.25 ਇੰਚ ਅੰਦਰ, ਮਤਲਬ ਵੀ ਆਹ ਕਟਾਮ ਤੱਕ ਅੰਦਰ ਲਾਈਨਿੰਗ ਫੋਲਡ ਹੋ ਜਾਏ ਜਿਹੜੀ, ਉਸ ਹਿਸਾਬ ਨਾਲ ਆਪਾਂ ਆਹ ਕੱਟ ਲਗਾ ਦੇਣਾ, ਠੀਕ ਹੈ। ਇਹ ਕੱਟ ਲਗਾ ਤਾ, ਹੁਣ ਮੈਂ ਤੁਹਾਨੂੰ ਫੋਲਡ ਕਰਕੇ ਦਿਖਾਉਂਦੀ ਹਾਂ ਲਾਈਨਿੰਗ ਨੂੰ। ਆ ਸ਼ਰਟ ਨੂੰ ਉੱਪਰੋਂ ਆਪਾਂ ਚੱਕ ਦਾਂਗੇ ਹੁਣ, ਚੱਕ ਕੇ ਹੁਣ ਜਿਹੜੀ ਇਹ ਚੀਜ਼ ਆ ਇਹਨੂੰ ਤੁਹਾਨੂੰ ਹੁਣ ਮੈਂ ਫੋਲਡ ਕਰਕੇ ਦਿਖਾਵਾਂਗੀ। ਇਹ ਚਿਪਕ ਜਾਂਦੀ ਆ ਕਿਉਂਕਿ ਸਿੰਥੈਟਿਕ ਲਾਈਨਿੰਗ ਹੈ ਡਿਸ਼ੀਨ ਦੀ। ਔਰ ਆਪਾਂ ਜਿਹੜੀ ਆਹ ਚੀਜ਼ ਆ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਫੋਲਡ ਕਰ ਦਾਂਗੇ ਇੱਥੋਂ।
ਇਸ ਤਰ੍ਹਾਂ ਕਰਕੇ, ਠੀਕ ਹੈ, ਦੋਨੋਂ ਹੀ ਸਾਈਡਾਂ, ਆ ਨੀਚੇ ਵਾਲੀ ਵੀ ਔਰ ਇਹ ਵਾਲੀ ਵੀ। ਓਕੇ, ਮੈਂ ਤੁਹਾਨੂੰ ਫੋਲਡ ਕਰਕੇ ਦਿਖਾਉਂਦੀ ਹਾਂ। ਆਹ ਦੇਖੋ ਦੋਸਤੋ, ਮੈਂ ਘੇਰੇ ਦੀ ਜਿਹੜੀ ਚਾਕਾਂ ਵਾਲੀ ਸਾਈਡ ਵਾਲੀ ਮੈਂ ਮਿਣ ਕੇ ਉਹਨੂੰ ਫੋਲਡਿੰਗ ਕਰ ਲਈ ਆ। ਹੁਣ ਜਿਹੜਾ ਵਿਚਲੀ ਸਾਈਡ ਕੱਪੜਾ ਆ ਫਾਲਤੂ, ਆ ਦੇਖੋ ਆ ਜਿਹੜਾ ਫਾਲਤੂ ਕੱਪੜਾ, ਇਹਨੂੰ ਆਪਾਂ ਕੱਟ ਦਾਂਗੇ। ਆ ਦੇਖੋ ਦੋਨੋਂ ਸਾਈਡਾਂ ਤੋਂ ਹੀ ਆਪਾਂ ਇੱਦਾਂ ਹੀ ਕੱਟ ਦਾਂਗੇ, ਠੀਕ ਹੈ, ਦੋਨੋਂ ਸਾਈਡਾਂ ਕੱਟ ਦੇਣੀਆਂ। ਆ ਦੇਖੋ ਆਪਾਂ ਕੱਟ ਤਾ, ਹੁਣ ਆਪਾਂ ਇਹਨੂੰ ਤੁਹਾਨੂੰ ਮੈਂ ਉਹਦੇ ਉੱਤੇ ਅਟੈਚ ਕਰਨੀ ਦੱਸਦੀ ਹਾਂ ਕਿੱਦਾਂ ਕਰਨੀ ਹੈ, ਠੀਕ ਹੈ। ਆ ਦੇਖੋ ਆਪਾਂ ਇਹਨੂੰ ਰੈਡੀ ਕਰ ਲਿਆ ਘੇਰੇ ਨੂੰ, ਇਸ ਤਰ੍ਹਾਂ ਕਰਕੇ ਇਹਨੂੰ ਅਟੈਚ ਕਰ ਲਾਂਗੇ। ਆ ਦੇਖੋ ਹਿੱਪ ਵਾਲੀ ਜਗ੍ਹਾ ਜਿਹੜੀ ਆ, ਇਹਨੂੰ ਵੀ ਆਪਾਂ ਪਿੰਨ ਅਪ ਕਰ ਲੈਣਾ ਆ ਇਹਨੂੰ। ਆ ਦੇਖੋ ਦੋਸਤੋ, ਮੈਂ ਸਾਰੀਆਂ ਸਾਈਡਾਂ ਤੋਂ ਹੀ ਪਿੰਨ ਅਪ ਕਰ ਲਿਆ ਇਹਨੂੰ। ਆ ਦੇਖੋ ਹੁਣ ਤੁਹਾਨੂੰ ਮੈਂ ਸੂਈ ਨਾਲ ਕੱਚਾ ਕਰਕੇ ਦਿਖਾਵਾਂਗੀ। ਆ ਦੇਖੋ ਹਲਕੀ ਜੀ ਆਹ ਕਮੀ ਪੈ ਗਈ ਆ, ਕਢਾਈ ਵਾਲੇ ਨੇ ਕਿਤੋਂ ਤਾਂ ਕਟਾਮ ਥੋੜ੍ਹੇ ਬਾਹਰ ਨੂੰ ਕਰਤੇ, ਕਿਤੋਂ ਵਿੱਚ ਨੂੰ ਕਰ ਦਿੱਤੇ। ਚਲੋ ਕੋਈ ਗੱਲ ਨਹੀਂ, ਹੁਣ ਤੁਹਾਨੂੰ ਪਤਾ ਹੀ ਹੈ ਆਪਾਂ ਨੂੰ ਇਹ ਸੈਟਿੰਗ ਕਰਨੀ ਪੈਣੀ ਹੈ, ਅਤੇ ਮੈਂ ਹੁਣ ਤੁਹਾਨੂੰ ਕੱਚਾ ਕਰਕੇ ਦਿਖਾਉਂਦੀ ਹਾਂ। ਆ ਦੇਖੋ ਦੋਸਤੋ ਹੁਣ ਮੈਂ ਇੱਥੋਂ ਕੱਚਾ ਕਰ ਲਾਂਗੀ ਸੂਈ ਦੇ ਨਾਲ। ਇਸੇ ਤਰ੍ਹਾਂ ਆਪਾਂ ਦੋਸਤੋ ਦੂਸਰੀ ਸਾਈਡ ਤੋਂ ਵੀ ਕੱਚਾ ਕਰ ਲਾਂਗੇ, ਠੀਕ ਹੈ। ਆ ਦੇਖੋ ਦੋਸਤੋ ਮੈਂ ਸੂਈ ਨਾਲ ਕੱਚਾ ਕਰ ਲਿਆ ਆ, ਔਰ ਹੁਣ ਮੈਂ ਕੀ ਕਰਾਂਗੀ, ਆਹ ਦੇਖੋ ਧਿਆਨ ਨਾਲ ਜਿਹੜੇ ਆਹ ਕਟਾਮ ਆ ਰਹੇ ਨੇ, ਆਹ ਦੇਖੋ ਹੁਣ ਮੈਂ ਇਹ ਕਟਾਮਾਂ ਦੇ ਉੱਤੇ ਉੱਤੇ ਜਿਸ ਕਲਰ ਦਾ ਕਟਾਮ ਆ ਰਿਹਾ ਮੈਂ ਉਸ ਕਲਰ ਦਾ, ਜਿਵੇਂ ਕਿ ਆਹ ਦੇਖੋ ਲਾਈਟ ਗੋਲਡ ਆ ਰਿਹਾ ਲਾਸਟ ਵਾਲਾ, ਔਰ ਮੈਂ ਲਾਈਟ ਗੋਲਡ ਕਲਰ ਦੇ ਨਾਲ ਮੈਂ ਸਾਰੇ ਮੈਂ ਇੱਥੇ ਤਰਪਾਈ ਕਰਵਾ ਦਾਂਗੀ। ਚਾਹੇ ਲਾਈਟ, ਵੈਸੇ ਤਾਂ ਡਾਰਕ ਗ੍ਰੀਨ ਜਿਹੜਾ ਕਾਹੀ ਗ੍ਰੀਨ ਲਗਾਇਆ ਮੈਂ, ਵੈਸੇ ਤਾਂ ਇਹ ਵੀ ਧਾਗਾ ਚੱਲ ਜਾਏਗਾ, ਅਤੇ ਲਗਾ ਕੇ ਮੈਂ ਸਾਰੇ ਇਹਦੇ ਦੋਨੋਂ ਚਾਕਾਂ ਦੇ ਉੱਪਰ ਮੈਂ ਤਰਪਾਈ ਕਰਵਾ ਦਾਂਗੀ, ਦੋਨੋਂ ਸਾਈਡ ਹੀ ਮੈਂ ਤਰਪਾਈ ਕਰਵਾ ਦਾਂਗੀ ਇਹਨਾਂ ਦੀ, ਠੀਕ ਹੈ। ਔਰ ਤਰਪਾਈ ਕਰਾਉਣ ਤੋਂ ਬਾਅਦ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਨਜ਼ਰ ਆਊਗਾ। ਕਈ ਕੀ ਕਰਦੇ ਕਿ ਇਸ ਚੀਜ਼ ਨੂੰ ਥੱਲੇ ਚਾਕਾਂ ਤੋਂ ਖੁੱਲ੍ਹਾ ਛੱਡ ਦਿੰਦੇ, ਕਿਉਂਕਿ ਲਾਈਨਿੰਗ ਲਾਉਣ ਦਾ ਇੱਕ ਤਾਂ ਪਤਾ ਨਹੀਂ ਹੁੰਦਾ ਕਈਆਂ ਨੂੰ, ਅਤੇ ਕਈ ਕੀ ਸੋਚਦੇ ਕਹਿੰਦੇ ਅਟੈਚ ਹੋ ਹੀ ਨਹੀਂ ਸਕਦੀ ਕਟਾਮਾਂ 'ਤੇ ਲਾਈਨਿੰਗ, ਠੀਕ ਹੈ। ਸੋ ਇਸ ਹਿਸਾਬ ਨਾਲ ਆਪਾਂ ਅਟੈਚ ਕਰ ਸਕਦੇ ਹਾਂ ਲਾਈਨਾਂ ਕਟਾਮਾਂ 'ਤੇ ਲਾਈਨਿੰਗ, ਅਤੇ ਬਾਕੀ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਂਦੀ ਹਾਂ ਕਮੀਜ਼। ਆ ਦੇਖੋ ਦੋਸਤੋ ਬਹੁਤ ਹੀ ਵਧੀਆ ਢੰਗ ਨਾਲ ਲਾਈਨਿੰਗ ਲੱਗਦੀ ਹੈ। ਆ ਦੇਖੋ ਲਓ, ਕਿਤੇ ਕੋਈ ਵੱਧ ਨਹੀਂ ਕੋਈ ਘੱਟ ਨਹੀਂ ਕੁਛ ਨਹੀਂ,
ਬਹੁਤ ਹੀ ਪਿਆਰੀ ਲਾਈਨਿੰਗ ਲੱਗੀ ਹੈ। ਔਰ ਦੇਖੋ ਜਦੋਂ ਤਰਪਾਈ ਹੋ ਜਾਣਾ ਬਾਕੀ ਕਿ ਜੇ ਆਪਾਂ ਥੱਲਿਓ ਖੁੱਲ੍ਹੀ ਛੱਡਦੇ ਇਹਨੂੰ, ਮੰਨ ਲਓ ਜੇ ਆਪਾਂ ਲਾਈਨਿੰਗ ਨੂੰ ਥੱਲਿਓ ਇੱਦਾਂ ਵੀ ਛੱਡ ਦਈਏ, ਇਹ ਕਈ ਵਾਰੀ ਜਦੋਂ ਲੇਡੀਜ਼ ਨੇ ਸੂਟ ਪਾਉਣਾ ਲਾਈਨਿੰਗ ਬਾਹਰ ਨਿਕਲ ਜਾਂਦੀ ਆ, ਕਿਤੇ ਕੁਛ ਹੋ ਜਾਂਦਾ, ਹੁਣ ਇਹ ਨਾ ਬਾਹਰ ਨਿਕਲੇਗੀ ਨਾ ਕੁਛ ਹੋਰ, ਇਹ ਹਿੱਲੇਗੀ ਵੀ ਨਹੀਂ ਲਾਈਨਿੰਗ, ਠੀਕ ਹੈ। ਆ ਦੇਖੋ ਬਹੁਤ ਹੀ ਵਧੀਆ ਢੰਗ ਦੇ ਨਾਲ ਲਾਈਨਿੰਗ ਲੱਗੀ ਆ, ਕੋਈ ਦਿੱਕਤ ਨਹੀਂ ਆਉਣ ਵਾਲੀ, ਕੋਈ ਕੁਛ ਨਹੀਂ। ਸੋ ਚਲੋ ਦੋਸਤ, ਬਾਕੀ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ, ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਪਲੀਜ਼। ਓਕੇ, ਥੈਂਕ ਯੂ।